ਅਗਲੇ ਬਚਨ ਵਿੱਚ ਬਾਬਾ ਜੀ ਕੀ ਕਹਿੰਦੇ ਆ, ਉਹ ਉੱਚੀ ਬੋਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੜਾ ਪਿਆਰਾ ਦ੍ਰਿੜਤਾ ਦਾ ਬਚਨ ਕੀਤਾ, ਕਹਿੰਦੇ ਕਬੀਰ ਸਾਧੂ ਕੀ ਸੰਗਤ ਰਹੋ, ਬੋਲੋ, ਕਿਸੇ ਨਾਮਰਤੜੀ ਰੂਹ ਦੀ ਸੰਗਤ ਵਿੱਚ ਰਹੀ, ਗੁਰਸਿੱਖ ਦੀ ਸੰਗਤ ਵਿੱਚ ਨਾ ਰਹੀ। ਉਹਨੇ ਕਿਹਾ ਜੀ ਗੁਰਸਿੱਖਾਂ ਕੋਲ ਪਨੀਰ ਖਾਣ ਨੂੰ ਨਹੀਂ ਹੁੰਦਾ, ਗੁਰਸਿੱਖਾਂ ਕੋਲ ਵਿਚਾਰੇ ਕਿਰਤੀ ਹੁੰਦੇ ਨੇ, ਸਾਰਾ ਦਿਨ ਟੈਕਸੀ ਚਲਾਉਂਦੇ, ਪਨੀਰ ਕਿੱਥੋਂ ਲਿਆਉਣਗੇ। ਤੁਸੀਂ ਹੋਰ ਕਿਸੇ ਕਹੋ, ਦਾੜੀ ਕਾਲੀ ਵਾਲੇ ਦੇ ਘਰ ਤੇ ਪਨੀਰ ਹੋਊ, ਕੋਈ ਕਰਮੀ ਬੰਦੇ ਦੇ ਘਰ ਤੇ ਬੜੀਆਂ ਸਬਜ਼ੀਆਂ ਹੋਣਗੀਆਂ, ਬੜਾ ਮਾਲ ਖਾਣ ਨੂੰ ਹੋਊਗਾ। ਦ੍ਰਿੜਤਾ ਨਾਲ ਬਾਬੇ ਕਬੀਰ ਨੇ ਕਿਹਾ ਜੌਂ ਕੀ ਭੂਸੀ ਖਾਓ, ਜੌਂ, ਕਣਕ ਤੋਂ ਇੱਕ ਦਾਣਾ ਕੀ ਹੁੰਦਾ ਹੈ, ਫਿਰ ਬੋਲੋ, ਤੇ ਜੌਂ ਦੀ ਰੋਟੀ ਨਹੀਂ, ਜੌਂ ਦਾ ਛਿਲਕਾ, ਉਹ ਵੀ ਸੂੜੇ ਦੀ ਰੋਟੀ। ਜਿਹੜਾ ਜੌਂਆਂ ਦਾ ਸੂੜਾ ਰਹਿ ਗਿਆ ਨਾ, ਜੇ ਸਾਧੂ ਦੀ ਸੰਗਤ ਵਿੱਚ ਬੈਠਿਆ ਨਾਮ ਜਪਦਿਆਂ ਢਿੱਡ ਭਰਨ ਨੂੰ ਜੌਂਆਂ ਦੇ ਛਿਲਕੇ ਦੀ ਰੋਟੀ ਮਿਲੇ ਤੇ ਉਹਦੇ ਵਿੱਚ ਵੀ ਸ਼ੁਕਰ ਕਰੀ, ਮਗਰ ਰਵੀ ਸਾਧੂਆਂ ਦੀ ਸੰਗਤ ਚ। ਆਖੋ ਵਾਹਿਗੁਰੂ। ਕਬੀਰ ਸਾਧੂ ਕੀ ਸੰਗਤ ਰਹੋ, ਬੋਲੋ, ਜੌਂ ਕੀ ਭੂਸੀ ਖਾਓ, ਜੌਂ ਕੀ, ਭਾਵੇਂ ਜੌਂਆਂ ਦੀ ਰੋਟੀ ਖਾਣੀ ਪੈ, ਮਗਰ ਸੰਗਤ ਸਾਧੂਆਂ ਦੀ ਚ ਰਹੀ। ਹੁਣ ਹਾਰ ਸੋ ਹੋਏ ਹੈ, ਜੋ ਮਰਜ਼ੀ ਹੋਵੇ, ਮਗਰ ਸਾਕਤ ਸੰਗ ਨਾ ਜਾਓ, ਸਾਕਤ ਸੰਗ। ਪੰਜਵੇਂ ਪਾਤਸ਼ਾਹ ਨੇ ਬਲਾਵਲ ਰਾਗ ਵਿੱਚ ਬਚਨ ਕਹਿ ਦਿਲ ਪਾੜ ਕੇ ਰੱਖਤਾ, ਸੁਰਤ ਦੇ ਕਾਗਜ਼ ਪਾੜ ਕੇ ਰੱਖਦੇ। ਆਖੋ ਵਾਹਿਗੁਰੂ। ਕਹਿੰਦੇ ਸੰਤਨ ਕਾ ਦਾਣਾ ਰੁੱਖਾ, ਬੋਲੋ, ਹਾਂ, ਅਮਲ ਵੀ ਕਰਿਓ, ਅਮਲ ਵੀ ਕਰਿਓ। ਇੱਕ ਬਚਨ ਹੋਰ ਆ ਵੀ ਜਿਨ੍ਹਾਂ ਦੇ ਘਰ ਆਪਾਂ ਜਾਂਦੇ ਹਾਂ ਤੇ ਉਹਨਾਂ ਦਾੜੇ ਕਾਲੇ ਕੀਤੇ, ਸ਼ਰਾਬ ਪੀਂਦੇ ਤੇ ਉਹਨਾਂ ਦੇ ਘਰੋਂ ਅਸੀਂ ਪੈਸੇ ਲੈ ਆਉਂਦੇ ਹਾਂ, ਉਗਰਾਹੀ ਵਾਲੇ। ਆਖੋ ਵਾਹਿਗੁਰੂ। ਮੈਂ ਵੀ ਜਾਂਦਾ, ਮੈਨੂੰ ਲਿਫਾਫਾ ਫੜਾ ਦਿੰਦੇ ਲੋਕ ਵੀ ਆਹ ਲਓ ਪੈਸੇ ਲੈ ਲਓ ਰੋਟੀ ਖਵਾ ਕੇ। ਸਪਸ਼ਟ ਬਚਨ ਲਿਖਿਆ ਗੁਰਬਾਣੀ ਚ ਵੀ ਜੇ ਉਹ ਦਿਸੇ ਨਰਕ ਜਾਂਦੇ, ਨਹੀਂ ਪਤਾ ਲੱਗਾ ਜੀ, ਜੇ ਉਹ ਦਿਸੇ, ਰੱਜ ਕੇ ਬੋਲੋ, ਹਾਂ, ਜਿਨ੍ਹਾਂ ਦੇ ਘਰ ਰੋਟੀ ਖਾਣ ਗਏ ਹੋ, ਜੇ ਉਹਨਾਂ ਦਾੜੇ ਕਾਲੇ ਕੀਤੇ, ਸ਼ਰਾਬ ਪੀਂਦੇ, ਕੁਕਰਮੀ ਨੇ ਤਾਸ਼ ਖੇਡਦੇ, ਜੂਆ ਖੇਡਦੇ, ਤੁਹਾਨੂੰ ਪਤਾ ਲੱਗ ਗਿਆ, ਤੁਹਾਡੀ ਸੁਰਤ ਚ ਆਵਾਜ਼ ਆ ਗਈ ਵੀ ਇਹ ਤੇ ਨਰਕਾਂ ਨੂੰ ਜਾਊ, ਜੇ ਤੁਹਾਨੂੰ ਉਹ 2100 ਰੁਪਈਏ ਦਾ ਲਿਫਾਫਾ ਫੜਾਉਂਦਾ ਹੈ, ਮਗਰ ਹੁਣ ਕੋਈ ਨੀ ਧਿਆਨ ਕਰਦਾ, ਇਹਦੇ ਬਚਨ ਦਾ ਭਾਉ ਛੋਡਿਆ, ਮਨ ਕਿੱਥੋਂ ਵਸ ਆਉਣਾ ਹੈ। ਸਾਹਿਬ ਕਹਿੰਦੇ ਜੇ ਉਹ ਦਿਸੇ ਨਰਕ ਜਾਂਦੇ ਤੇ ਉਹਨਾਂ ਕਾ ਦਾਨ ਨਾ ਲੈਣਾ, ਉਹਨਾਂ ਕਾ, ਪਹਿਲੇ ਪਾਤਸ਼ਾਹ ਨੇ ਲਿਖਿਆ ਜੇ ਉਹਨਾਂ ਕਾ, ਕਿਤੇ ਵੇਖਿਓ ਉਹਨਾਂ ਦੀ ਮਾਇਆ ਚੁੱਕ ਕੇ ਜੇਬ ਚ ਨਾ ਪਾ ਲਿਓ, ਉਹ ਮਾਇਆ ਤੁਹਾਨੂੰ ਵੀ ਨਰਕਾਂ ਨੂੰ ਲੈ ਜੂਗੀ। ਜੇ ਸਾਹਿਬ ਕਹਿੰਦੇ ਸੰਤਨ ਕਾ ਦਾਣਾ ਰੁੱਖਾ, ਬੋਲੋ, ਸੋ ਸਰਬ ਨਿਧਾਨ, ਸੋ ਸੰਤਾਂ ਦੇ ਘਰੋਂ, ਗੁਰਸਿੱਖਾਂ ਦੇ ਘਰੋਂ, ਨਾਮ ਜਪਣ ਵਾਲਿਆਂ ਦੇ ਘਰੋਂ ਇੱਕ ਰੁੱਖੇ ਦਾਣੇ ਦੀ ਰੋਟੀ ਖਾ ਲਈ, ਸਾਰੇ ਖਜ਼ਾਨੇ ਮਿਲ ਜਾਣਗੇ। ਮਗਰ ਸਾਕਤ ਗ੍ਰਹਿ 36 ਪ੍ਰਕਾਰ, ਨਹੀਂ ਪਤਾ ਲੱਗਾ, ਸਾਕਤ ਗ੍ਰਹਿ ਰੱਬ ਨਾਲੋਂ ਟੁੱਟੇ ਦੇ ਘਰ, ਪਨੀਰ, ਪਾਲਕ, ਦਹੀਂ, ਸਬਜ਼ੀਆਂ ਤਰ੍ਹਾਂ ਤਰ੍ਹਾਂ ਦੀਆਂ, 36 ਪ੍ਰਕਾਰ ਦਾ ਭੋਜਨ ਵੀ ਜੇ ਰੱਬ ਨਾਲੋਂ ਟੁੱਟੇ ਦੇ ਘਰੋਂ ਮਿਲ ਗਿਆ ਤੇ ਪਤਾ ਕੀ ਲਿਖਿਆ ਜੇ, ਤੇ ਬਿਖੂ ਸਮਾਨ, ਤੇ ਰੱਬ ਨਾਲੋਂ ਟੁੱਟੇ ਦੇ ਘਰੋਂ 36 ਤਰ੍ਹਾਂ ਦੇ ਭੋਜਨ ਖਾ ਕੇ ਆਈ, ਆਤਮਕ ਜੀਵਨ ਤੇ ਮਰੂਗਾ ਹੀ ਮਰੂਗਾ, ਉਹ ਤੇ ਕਮਾਈ ਲੁੱਟੀ ਜਾਊਗੀ, ਜਿਹੜੀ ਥੋੜੀ ਬੁੱਤੀ ਕਿਤੇ 5 ਪੈਸੇ ਹੈਗੀ ਨਾ, ਉਹ ਤੇ, ਗੱਜ ਕੇ ਬੋਲੋ, ਉਹ ਤੇ ਲੁੱਟੀ ਜਾਊ, ਵੈਸੇ ਵੀ ਬਿਮਾਰ ਹੋ ਜਾਏਗਾ। ਇਹ ਮੈਂ ਪੱਕੀ ਗੁਰੂ ਦੀ ਜੂਰੀ ਚ ਕਹਿੰਦਾ ਜੇ, ਖਾ ਕੇ ਵੇਖਿਓ ਇਹਨਾਂ ਲੋਕਾਂ ਦੀ ਰੋਟੀ, ਜੈ ਕਹਿੰਦਾ ਖਾਵੇ ਪ੍ਰਸਾਦ, ਜੈ ਕਹਿੰਦਾ, ਸੋ ਸਿੱਖ ਨਹੀਂ ਅੰਤ ਆਰ ਆਦ, ਜਿੱਥੋਂ ਮਰਜ਼ੀ ਪ੍ਰਸ਼ਾਦਾ ਛਕਣ ਵਾਲਾ, ਮੇਰਾ ਦੋ ਜਹਾਨ ਦਾ ਮਾਲਕ ਕਹਿੰਦਾ ਮੇਰਾ ਆਦ ਤੋਂ ਅੰਤ ਤੱਕ ਕਦੀ ਸਿੱਖ ਨਹੀਂ। ਵੇ ਦੀਨਾ ਕੀ ਦੋਸਤੀ, ਬੋਲੋ, ਜਿਹਦਾ ਦੀਨ ਹੀ ਕੋਈ ਨਹੀਂ, ਜਿਹਦਾ ਧਰਮ ਹੀ ਕੋਈ ਨਹੀਂ। ਤੁਸੀਂ ਕਹਿੰਦੇ ਜੀ ਇਹ ਪੁਰਾਣੀਆਂ ਗੱਲਾਂ ਨਹੀਂ, ਇਹ ਨਵੀਆਂ ਗੱਲਾਂ, ਇਹ ਤੇ ਅੱਜ ਤੁਹਾਡੀ ਦਵਾਈ ਆ, ਪੁਰਾਣੀ ਨੀ ਗੀ, ਜੇ ਸਹਿਬ ਨਵਾਂ ਵਾ ਉਹਦੀ ਗੱਲ ਵੀ ਨਵੀਂ, ਸਹਿਬ ਪੁਰਾਣਾ, ਸਹਿਬ ਮੇਰਾ ਤੇ ਉਹਦੇ ਬਚਨ ਵੀ ਨਵੇਂ ਨੇ। ਲੋਕੋ ਤੁਹਾਡੀ ਸੋਚ ਜਰਜਰੀ ਹੋ ਚੁੱਕੀ, ਤੁਹਾਡਿਆਂ ਹੱਡਾਂ ਵਿੱਚ ਇਹ ਧਨ ਬਹਿ ਬੈਠਾ, ਤੁਹਾਨੂੰ ਇਹ ਗੱਲਾਂ ਹੁਣ ਬੁਰੀਆਂ ਲੱਗਦੀਆਂ,
ਮੇਰਾ ਸਾਹਿਬ ਅੱਜ ਵੀ ਬੋਲੂ, 10 ਸਾਲਾਂ ਨੂੰ ਬੋਲੂ, 100 ਸਾਲ ਨੂੰ ਬੋਲੂ, ਕਰੋੜ ਸਾਲ ਨੂੰ ਬੋਲੂ, ਕਿ ਵੇ ਦੀਨਾ ਕੀ ਦੋਸਤੀ, ਵੇ ਦੀਨਾ ਕਾ ਖਾਣ, ਵੇ ਦੀਨਾ ਕਾ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਬੇਦੀਨ ਬੰਦੇ ਦੀ ਦੋਸਤੀ ਕਰੋਗੇ, ਜਿਹਨੇ ਅੰਮ੍ਰਿਤ ਨਹੀਂ ਛਕਿਆ, ਜਿਹੜਾ ਗੁਰੂ ਵਾਲਾ ਨਹੀਂ, ਉਹਦੇ ਨਾਲ ਦੋਸਤੀ, ਉਹਦੇ ਘਰੋਂ ਪ੍ਰਸ਼ਾਦਾ, ਸਿਫਤੀ ਸਾਰ ਨਾ ਜਾਣੀ, ਸਿਫਤੀ ਇੱਥੋਂ ਪ੍ਰਸ਼ਾਦਾ ਛੱਕ ਕੇ ਇਹਨਾਂ ਨਾਲ ਦੋਸਤੀ ਕਰਕੇ ਚੌਂਕੜਾ ਮਾਰ ਲਏਗਾ, ਚੌਂਕੜਾ ਨਾ ਵੱਜਾ। ਸਦਾ ਵਸੇ ਸ਼ੈਤਾਨ, ਤੇਰੀ ਬਿਰਤੀ ਸ਼ੈਤਾਨਾਂ ਵਾਲੀ ਤੇ ਹੋ ਸਕਦੀ ਆ, ਸਾਧੂਆਂ ਵਾਲੀ ਨਹੀਂ ਹੋ ਸਕਦੀ, ਇਹਨਾਂ ਦੇ ਘਰੋਂ ਰੋਟੀ ਖਾ ਕੇ। ਅੱਜ ਸੁਣ ਲਈ, ਕੱਲ ਸੁਣ ਲਈ, ਅਗਲੇ ਜਨਮ ਨੂੰ ਸੁਣ ਲਈ, ਕਰੋੜ ਜਨਮ ਨੂੰ ਸੁਣ ਲਈ, ਤੈਨੂੰ ਗੱਲ ਤਾਂ ਗੁਰੂ ਦੀ ਸੁਣਨੀ ਪੈਣੀ। ਤੇਰਾ ਪਾਰ ਉਤਾਰਾ ਤੇ ਤਾਂ ਹੀ ਹੋਣਾ, ਜਿੱਦਣ ਭੁੱਲੇ ਮਾਰਗ ਐਸਾ ਗੁਰ, ਤੈਨੂੰ ਭੁੱਲੇ ਨੂੰ ਰਾਹ ਤਾਂ ਗੁਰੂ ਨੇ ਦੱਸਣਾ, ਤੇ ਗੁਰੂ ਦੀ ਤੂੰ ਸੁਣ ਕੇ ਰਾਜੀ ਨਹੀਂ ਗੁਰੂ ਦੀ। ਬੜੇ ਬੜੇ ਤੇਰੇ ਦੋਸਤ ਨੇ ਕਹਿੰਦੇ ਜੀ ਇਹ ਗੱਲਾਂ ਪੁਰਾਣੀਆਂ ਹੋ ਗਈਆਂ, ਇਹ ਐਵੇਂ ਗੱਲਾਂ ਕਰਦੇ ਨੇ, ਇਹਨੂੰ ਤੇ ਛਦਾ ਹੋ ਗਿਆ। ਸੰਤ ਜਰਨੈਲ ਸਿੰਘ ਸਾਹਿਬ ਨੂੰ ਰੋਕੀ ਛਦਾਈ ਪਾਗਲ ਕਹਿਣ ਲੱਗ ਪਏ, ਜਿਹਨੇ ਆਖਿਆ ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰੋ। ਉਹ ਦਾੜੀ ਕੱਟਣ ਵਾਲੇ, ਉਹ ਆਪਣੇ ਪਿਓ ਦੀ ਸ਼ਕਲ ਵੇਖੋ ਤੇ ਆਪਣੀ ਵੇਖੋ, ਉਹਨੂੰ ਲੋਕਾਂ ਨੇ ਆਖਿਆ ਇਹਨੂੰ ਤੇ ਪਾਗਲਪਨ ਹੋ ਗਿਆ। ਜਿਹੜਾ ਗੁਰੂ ਦੀ ਗੱਲ ਨਾਲ ਜੁੜੂਗਾ ਤੁਸੀਂ ਉਹ ਹੀ ਕਹੋਗੇ, ਕਿਉਂਕਿ ਤੁਹਾਡਾ ਤੇ ਉਹਦਾ ਤਾਲਮੇਲ ਨਹੀਂ ਬਹਿਣਾ। ਤੁਸੀਂ ਕਹਿੰਦੇ ਹੋ ਮੇਰੇ ਮਤਲਬ ਦੀ ਗੱਲ ਕਰ, ਆਖੋ ਵਾਹਿਗੁਰੂ। ਆ ਥੱਲੇ ਅੱਜ ਗੁਰਦੁਆਰੇ ਵੇਖੋ, ਚਾਰ ਚਪੇਰੇ ਇਸ਼ਤਿਹਾਰ ਕੋਈ ਲਾ ਗਿਆ ਆਣ ਕੇ, ਤੁਹਾਨੂੰ ਕੋਈ ਸਮੱਸਿਆ ਹੈ, ਤੁਹਾਡੇ ਘਰ ਕਲੇ ਆ, ਤੁਹਾਡੇ ਘਰ ਕਲੇਸ਼ ਆ, ਤੁਹਾਡੇ ਘਰ ਫਲਾਣ ਆ, ਤੁਹਾਡੀ ਔਰਤ ਆਖੇ ਨਹੀਂ ਲੱਗਦੀ, ਤੁਹਾਡਾ ਮਰਦ ਆਖੇ ਨਹੀਂ ਲੱਗਦਾ, ਸਾਡੇ ਨਾਲ ਕੁੰਡਕਟ ਕਰੋ। ਉਹ ਤੁਹਾਡੇ ਯਾਰ ਬਣਨਗੇ, ਕਿਉਂਕਿ ਤੁਹਾਨੂੰ ਇਹ ਮਜਬੂਰੀਆਂ ਨੇ। ਮਗਰ ਮੇਰਾ ਸਤਿਗੁਰੂ ਪਾਤਸ਼ਾਹ ਕਹਿੰਦਾ ਤੂੰ ਇਹਨਾਂ ਦਾ ਪਿੱਛਾ ਛੱਡ, ਕਿਤੇ ਇੱਕ ਵਾਰ ਆ ਤੇ ਸਹੀ, ਇਹ ਸਾਰੇ ਮਸਲੇ ਮੈਂ ਵੀ ਹੱਲ ਕਰ ਦੂੰ। ਇੱਕ ਵਾਰ ਆਣ ਕੇ ਆਖ ਸਤਿਗੁਰ ਆਇਓ, ਮਿਲੇ ਸੁਖ ਨਾਮ ਹਰ ਸੋਭਾ। ਚਿੰਤਾ ਦਾ ਵਿਸ਼ਾ ਹੈ ਨਾ ਇਹਨਾਂ ਕੋਲ ਜਾਣ ਦਾ, ਵੀ ਚਿੰਤਾ ਬੜੀ, ਤੇ ਚਿੰਤਾ ਮੈਂ ਵੀ ਲਾ ਦਿੰਦਾ, ਤੂੰ ਇੱਕ ਵਾਰ ਆਣ ਕੇ ਆਖ ਤੇ ਸਹੀ, ਚਿੰਤਾ ਲਾਏ ਹਮਾਰੀ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਸਾਧੂ ਕੀ ਸੰਗਤ ਰਹੋ, ਬੋਲੋ, ਜਿਉਂ ਕੀ ਭੂਸੀ ਖਾਓ, ਜਿਉਂ ਕੀ ਹੋਣ ਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ, ਜੋ ਮਰਜ਼ੀ ਹੋ ਜਾਏ, ਭੁੱਖੇ ਰਹਿ ਲੋ, ਫਟੇ ਕੱਪੜੇ ਪਾ ਲੋ। ਇੱਕ ਵਚਨ ਹੋਰ ਕਿਹਾ, ਆਖੋ ਵਾਹਿਗੁਰੂ, ਗੱਜ ਕੇ ਬੋਲੋ, ਹਾਂ, ਸੰਤ ਜਨਾ ਕਾ ਲੂਗਰਾ, ਕਾਰਸੇ ਵਾਲੇ ਬਾਬਿਆਂ ਦੀ ਕੁੜਤੀ ਵੇਖੀ ਜੇ, ਕੁੜਤੀ ਖੱਦਰ ਦੀ ਬਾਈਆਂ ਹੁੰਦੀਆਂ ਕਿ ਨਹੀਂ ਉਹਨਾਂ, ਜਾਂ ਢਾਈ ਕੇ ਗਿੱਠ ਕੱਪੜਾ, ਜੇ ਕਦੀ ਕੋਈ ਗੁਰਮੁਖ ਪਿਆਰਾ ਰੱਬ ਦਾ ਪਿਆਰਾ ਤੁਹਾਨੂੰ ਦੇ ਦੇਣਾ ਤੇ ਉਹਨੂੰ ਸਾਂਭ ਕੇ ਰੱਖ ਲਿਓ, ਸਿਰ ਤੇ ਰੱਖਿਓ, ਆਖੋ ਵਾਹਿਗੁਰੂ। ਆ ਵੇਖੇ ਜੇ ਸਰੋਪੇ ਜਦੋਂ ਮਿਲਦੇ ਨੇ ਤੇ ਉਹਨੂੰ ਕਿੱਥੇ ਰੱਖੀਦਾ, ਇੱਕ ਵਾਰ ਸਿਰ ਤੇ ਛੁਆਈਦਾ। ਅਰਥ ਤੇ ਇਹਦਾ ਇਹੋ ਹੀ ਸੀ ਵੀ ਲੋਕ ਪਰਲੋਕ ਚ ਪੜਦੇ ਢੱਕਦਾ, ਸਰੋਪਾ ਸਿਰ ਪਾਓ, ਸਿਰ ਸਿਰ ਤੋਂ ਲੈ ਕੇ ਪੈਰਾਂ ਤੱਕ ਪੜਦੇ ਢੱਕਣ ਵਾਲੇ ਨੂੰ ਕਹਿੰਦੇ ਸਿਰ ਪਾਓ। ਸਾਹਿਬ ਜੀ ਕਹਿੰਦੇ ਸੰਤ ਜਨਾ ਕਾ ਲੂਗਰਾ, ਬੋਲੋ, ਢਾਈ ਗਿੱਠ ਕੱਪੜਾ, ਓਡ ਨਗਨ ਨਾ ਹੋਈ, ਓਡ ਜੇ ਕਦੀ ਸੰਤਾਂ ਨੇ ਤੈਨੂੰ ਇੰਨਾ ਕੁ ਕੱਪੜਾ ਖੁਸ਼ ਹੋ ਕੇ ਦੇ ਦਿੱਤਾ ਤੇ ਉਹਨੂੰ ਓਡ ਲਈ, ਗਰੰਟੀ ਦਿੰਦੇ ਗੁਰੂ ਗ੍ਰੰਥ ਸਾਹਿਬ, ਲੋਕ ਪ੍ਰਲੋਕ ਵਿੱਚ ਤੂੰ ਨੰਗਾ ਨਹੀਂ ਹੋਏਗਾ, ਤੇਰੀ ਇੱਜ਼ਤ ਢੱਕ ਲੂਗਾ ਉਹ 2 ਮੀਟਰ ਕੱਪੜਾ। ਮਗਰ ਅੱਗੇ ਕੀ ਕਿਹਾ, ਸਾਕਤ ਸਿਰ ਪਾਓ ਰੇਸ਼ਮੀ, ਰੱਬ ਨਾਲੋਂ ਟੁੱਟੇ ਹੋਏ ਦੇ ਘਰੋਂ 5000 ਦੀ ਲੋਈ ਰੇਸ਼ਮੀ ਮਿਲ ਗਈ। ਕਾਹਦੀ ਰੇਸ਼ਮੀ ਲੋਈ ਮਿਲ ਗਈ, ਤੇ ਪਤਾ ਕੀ ਲਿਖਿਆ ਉੱਥੇ ਤੇ ਲਿਖਿਆ ਨਾ ਓਡ ਨਗਨ ਨਾ ਹੋਈ, ਇੱਥੇ ਲਿਖਿਆ ਪੈਰਤ ਪੱਤ ਖੋਈ, ਲੈ 10000 ਦੀ ਲੋਈ ਸਾਕਤ ਦੇ ਘਰੋਂ ਮਗਰ ਤੇਰੀ ਇੱਜ਼ਤ ਖਰਾਬ ਹੋ ਜੂਗੀ, ਪਰਦੇ ਢੱਕ ਲੂਗਾ 2.5 ਗਿੱਠ ਕੱਪੜਾ ਸੰਤਾਂ ਦਾ, ਮਗਰ ਸੰਤ ਦਵੇ ਉਸ 2.5 ਗਜ ਦੇ ਵਿੱਚ ਉਹਦੀ ਅਸੀਸ ਛੁਪੀ ਪਈ, ਉਹਦੀ ਪੁੱਤਾ ਆ ਲੋਈ ਲਵੀ ਤੇਰਾ ਨਾਮ ਚੱਲੂਗਾ, ਮੈਂ ਅਸੀਸ ਦੇਣਾ। ਕਿਉਂ, ਲੋਈ ਪਹਿਨਣ ਵੇਲੇ ਉਹਦੀ ਯਾਦ ਆਊਗੀ ਨਾਮ ਜਪਣ ਵਾਲੇ ਦੀ, ਆਖੋ ਵਾਹਿਗੁਰੂ। ਲੋਈ ਲੈਣ ਵੇਲੇ ਨਾਮ ਜਪਣ ਵਾਲੇ ਦੀ ਉਦੋਂ ਹੀ ਮੂੰਹ ਚੋਂ ਨਿਕਲੂਗਾ,
ਵਾਹਿਗੁਰੂ ਸਿੱਧੇ ਹੁਕਮ ਵਿੱਚ ਉਦੋਂ ਹੀ ਮੂੰਹ ਚੋਂ ਨਿਕਲੂਗਾ ਵਾਹਿਗੁਰੂ। ਤੇ ਜਿਹਦੀ 10,000 ਦੀ ਲੋਈ ਲਈ ਉਹਨੇ ਵੀ ਆਪਣੇ ਵੇਵਸ ਆਪ ਜੀ ਦੇ ਛੱਡਣੇ ਨੇ, ਉਹਨੇ ਵੀ ਆਪਣੇ ਜਰਮ ਛੱਡਣੇ ਨੇ। ਵੇਖੋ ਸਰਦਾਰ ਕਿੱਡਾ ਵੱਡਾ, ਇਹ ਵੀ ਤੇ ਸਾਰੇ ਕੰਮ ਕਰਦਾ ਹੀ ਆ, ਮਾੜੇ ਮੈਨੂੰ ਕਿਉਂ ਚੱਲਿਆ। ਉਧਰ ਨਾਮ ਦਾ ਸੰਦੇਸ਼ਾ ਮਿਲਣਾ ਹੈ, ਇਧਰ ਪਾਪ ਦਾ ਸੰਦੇਸ਼ਾ ਮਿਲਣਾ ਹੈ। ਗੁਰੂ ਰਾਮਦਾਸ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਕਹਿੰਦੇ 2.5 ਗਿੱਠ ਕੱਪੜਾ ਸੰਤ ਦਾ ਪਹਿਨ ਲਈ, ਓਡ ਨਗਨ ਨਾ ਹੋਈ, ਓਡ ਕਦੀ ਨੰਗਾ ਨਹੀਂ ਹੋਏਗਾ। ਅਗਰ ਸਾਕਤ ਸਿਰ ਪਾਓ ਰੇਸ਼ਮੀ, ਪੈਰਤ ਪੱਤ ਖੋਈ। ਅੱਗੇ ਇੱਕ ਪਿਆਰਾ ਹੋਰ ਬਚਨ ਲਿਖਿਆ, ਕਹਿ ਕੇ ਅੱਗੇ ਚੱਲਦਾ। ਆਖੋ ਵਾਹਿਗੁਰੂ, ਸਾਕਤ ਸਿਓ ਮੁੱਖ ਜੋੜੀਏ, ਦੋਸਤੀ ਕਰੋ ਕਿਹਦੇ ਨਾਲ, ਕੀਤੀ ਲੋਕਾਂ ਨੇ, ਕੀਤੀ ਲੋਕਾਂ ਨੇ। ਆਖੋ ਵਾਹਿਗੁਰੂ। ਯਾਰੋ ਜਿਸ ਬੰਦੇ ਨੇ ਦਾੜੀ ਕੱਟੀ ਆ, ਜਿਹੜਾ ਬੰਦਾ ਬੇਦੀਨਾ ਹੋ ਚੁੱਕਿਆ ਹੈ, ਸਿੱਖ ਦੀ ਉਹਦੇ ਨਾਲ ਯਾਰੀ ਕਾਦੀ। ਉੱਡਤੇ ਕੋ ਉੱਡਤਾ ਮਿਲੇ, ਤੁਰਦੇ ਕੋ ਤੁਰਦਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਬਸਤ ਮਾਹੇ ਲੇ ਬਸਤ ਕਢਾਈ। ਜਿਹੋ ਜਿਹਾ ਬੰਦਾ ਹੋਵੇ ਉਹ ਜਿਹਦੇ ਨਾਲ ਦੋਸਤੀ ਕਰਨੀ ਚਾਹੀਦੀ। ਮਗਰ ਆਪਾਂ ਜਿਹਦੇ ਮਰਜ਼ੀ ਨਾਲ ਸਾਕਤ ਸਿਓ ਮੁੱਖ ਜੋੜੀਏ, ਬੋਲੋ ਤੇ ਅੱਧ ਵਿੱਚੋਂ ਟੁੱਟੇ, ਅੱਧ ਵਿੱਚੋਂ ਟੁੱਟੇ। ਸਾਕਤ ਤੁਹਾਡੇ ਘਰ ਆਊਗਾ, ਤੁਹਾਡੀਆਂ ਭੈਣਾਂ ਨੂੰ ਨੀ ਬਖਸ਼ੂਗਾ, ਤੁਹਾਡੀਆਂ ਧੀਆਂ ਵੱਲ ਵੀ ਬੁਰਾ ਵੇਖੇਗਾ। ਸਾਕਤ ਹੈ ਨਾ, ਸਾਕਤ ਹੈ ਨਾ, ਉਹਦੀ ਬਿਰਤੀ ਸਾਕਤ ਰੱਬ ਨਾਲ ਟੁੱਟੀ ਹੈ ਨਾ, ਤੇ ਅੱਧ ਵਿੱਚੋਂ ਯਾਰੀ ਟੁੱਟ ਜੂਗੀ। ਇਹ ਤਾਂ ਬੰਦਾ ਮਾੜਾ ਹੈ। ਜਦੋਂ ਤੁਹਾਡੇ ਘਰ ਆਊਗਾ ਨਾ, ਤੁਸੀਂ ਮਹਿਸੂਸ ਕਰਿਓ ਵੀ ਕਈ ਇਹੋ ਜਿਹੇ ਦੋਸਤ ਮਿਲਦੇ, ਆਪਾਂ ਕਹਿੰਦੇ ਵੀਰ ਜੀ ਮੇਰੇ ਘਰ ਨਾ ਆਇਆ ਕਰੋ, ਮੈਂ ਤੁਹਾਨੂੰ ਬਾਹਰ ਮਿਲੂ। ਕਿਉਂ ਕਹਿੰਦੇ ਹੋ? ਤੁਸੀਂ ਉਹਦੀ ਹਰਕਤ ਵੇਖ ਲਈ। ਆਖੋ ਵਾਹਿਗੁਰੂ। ਸਮਝ ਰਹੇ ਹੋ, ਸਮਝ ਰਹੇ ਹੋ ਨਾ? ਸਾਕਤ ਸਿਓ ਮੁੱਖ ਜੋਰੀਏ, ਬੋਲੋ ਹੌਲੀ ਬੋਲਦੇ। ਮੈਂ ਤੁਹਾਨੂੰ ਤੋਤਿਆਂ ਵਾਂਗੂ ਰਟਨ ਗੁਰਸਿੱਖਾਂ ਨੂੰ ਤਾਂ ਕਰਾਉਣਾ ਵੀ ਇਹ ਗੱਲ ਸਾਡੇ ਅੰਦਰ ਉਤਰ ਜਾਏ। ਕਦੀ ਦੋਸਤ ਬਣਾਉਣ ਲੱਗੋ ਸਾਕਤ ਤੇ ਪਹਿਲੋਂ ਹੀ ਦੂਰ ਰਹੋ। ਸਾਕਤ ਸਿਓ ਮੁੱਖ ਦੋੜੀ ਜੋੜੀਏ, ਅੱਧ ਵਿੱਚੋਂ ਟੁੱਟੇ। ਆਖਿਆ ਜੀ ਫੇਰ, ਕਹਿੰਦੇ ਹਰ ਜਨ ਕੀ ਸੇਵਾ ਜੋ ਕਰੇ, ਬੋਲੋ ਹਰੀ ਦੇ ਜਨ ਨੂੰ ਘਰ ਲਿਆ ਕੇ, ਕਿਸੇ ਰੱਬ ਦੀ ਬੰਦਗੀ ਵਾਲੇ ਨੂੰ ਘਰ ਲਿਆ ਕੇ, ਉਹਦੇ ਨਾਲ ਪਿਆਰ ਪਾ ਕੇ ਉਹਦੀ ਸੇਵਾ ਕਰੇ। ਫਿਰ ਇੱਤ ਉੱਤੇ ਛੁੱਟੇ, ਇੱਤ ਇੱਥੇ ਵੀ ਤੇ ਉੱਥੇ ਦਰਗਾਹ ਚ ਵੀ ਛੁਟਕਾਰਾ ਕਰ ਦਿੰਦੇ ਗੁਰੂ ਕੇ ਪਿਆਰੇ। ਜਦੋਂ ਦੋਸਤ ਮਿਲਦੇ ਗੁਰਮੁਖ ਸਿਓ ਕਰ ਦੋਸਤੀ, ਜਦੋਂ ਗੁਰਮੁਖਾਂ ਨਾਲ ਦੋਸਤੀ ਕਰੇਗਾ ਤੇਰੇ ਘਰ ਆਉਣਗੇ ਨਾ, ਤੇ ਤੂੰ ਰੋਟੀ ਟੇਬਲ ਤੇ ਰੱਖ ਕੇ ਆਖੇਗਾ ਆਓ ਜੀ ਪ੍ਰਸ਼ਾਦਾ ਛਕੀਏ। ਜੇ ਤੇ ਸਹੀ ਗੁਰਮੁਖ ਹੋਇਆ ਤੇ ਪੁੱਛੂਗਾ ਰਹਿ ਰਾਸ ਕਰ ਲਈ, ਜੇ ਨਹੀਂ ਪਤਾ ਲੱਗਾ ਜੀ ਸ਼ਾਮ ਦਾ ਵੇਲਾ ਹੈ ਪ੍ਰਸ਼ਾਦੇ ਦਾ, ਰਹਿ ਰਸ ਪੜ ਲਈਜੇ। ਆਵਾ ਗੁਰਮੁਖ ਦੀ ਦੋਸਤੀ, ਤੁਹਾਨੂੰ ਭੁੱਲਿਆਂ ਨੂੰ ਚੇਤੇ ਕਰਾਤਾ, ਭੁੱਲੀ ਰਹਿ ਰਸ ਚੇਤੇ ਕਰਾਤੀ। ਤੁਸੀਂ ਆਖਿਆ ਜੀ ਰਹਿ ਰਸ ਨਹੀਂ ਪੜੀ, ਕਹਿੰਦੇ ਕੋਈ ਗੱਲ ਨਹੀਂ 10 ਮਿੰਟ ਬਾਅਦ ਚ ਖਾ ਲਾਂਗੇ, ਠੰਡੀ ਖਾ ਲਾਂਗੇ। ਆਓ ਬੈਠੀਏ 10-15 ਮਿੰਟ ਦਾ ਟਾਈਮ ਆ, ਰਹਿ ਰਸ ਦੀ ਬਾਣੀ ਪੜ ਲਈਏ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਪੜ ਲਈ ਬਾਣੀ, ਬਾਣੀ ਪੜ ਕੇ ਅਰਦਾਸ ਕਰ ਲਈ, ਰੋਟੀ ਖਾ ਲਈ, ਇਹ ਆ ਗੁਰਮੁਖ ਦੀ ਦੋਸਤੀ। ਮੇਰੇ ਸਾਹਿਬ ਕਹਿੰਦੇ ਗੁਰਮੁਖ ਸਿਓ ਕਰ ਦੋਸਤੀ, ਸਤਿਗੁਰ ਸਿਓ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿੱਤ। ਅੱਜ ਵਾਲੇ ਬਚਨ ਵਿੱਚ ਕਹਿੰਦੇ ਨੇ ਹੁਣ ਹਾਰਸੋ ਹੋਏ ਹੈ, ਸਾਕਤ ਸੰਗ ਨਾ ਜਾਓ, ਜੋ ਮਰਜ਼ੀ ਹੋ ਜਾਏ, ਕਦੀ ਸ਼ਰਾਬੀ ਦੇ ਘਰ ਨਾ ਜਾਇਓ, ਸ਼ਰਾਬੀ ਦੀ ਦੋਸਤੀ ਨਾ ਕਰਿਓ, ਰੱਬ ਨਾਲ ਟੁੱਟੇ ਹੋਏ ਨਾਲ ਦੋਸਤੀ ਨਾ ਕਰਿਓ, ਜੂਏ ਬਾਜ ਦੇ ਨਾਲ ਦੋਸਤੀ ਨਾ ਕਰਿਓ। ਤੁਹਾਡੇ ਬੱਚੇ ਨੂੰ ਜੂਆ ਖੇਡਣਾ ਸਿਖਾ ਦੂਗਾ ਜੇ ਰੱਬ ਦੇ ਪਿਆਰੇ ਨਾਲ ਦੋਸਤੀ ਕਰੋ। ਜੇ ਤੁਹਾਡਾ ਬੱਚਾ ਨਹੀਂ ਵੀ ਜਪਦਾ ਤੇ ਅੱਜ ਕੱਲ ਪਰਸੋਂ ਤੁਹਾਡੇ ਬੱਚੇ ਨੂੰ ਵੀ ਜਪਾ ਦੂਗਾ ਵਾਹਿਗੁਰੂ, ਕਿਉਂਕਿ ਉਹਨੂੰ ਉਸ ਗੱਲ ਚੋਂ ਸਵਾਦ ਆਉਂਦਾ ਹੈ। ਜੂਏ ਬਾਜ ਨੂੰ ਜੂਏ ਚੋਂ ਸਵਾਦ ਆਉਂਦਾ ਹੈ। ਜੁਆਰੀ ਜੂਏ ਮੈਂ ਚੀਤ, ਜੁਆਰੀ ਜੁਆਰੀ ਦਾ ਚਿੱਤ ਕਾਹਦੇ ਚਾ, ਤੇ ਉਹਨੇ ਜੋ ਉਹਦੇ ਕੋਲ ਹੈਗਾ ਉਹੀ ਦੇਣਾ। ਆਖੋ ਵਾਹਿਗੁਰੂ। ਅਹੇ ਬਾਬਾ ਜੀ ਉਹਨੇ ਤੁਹਾਨੂੰ ਗਾਲਾਂ ਕੱਢੀਆਂ, ਕਹਿੰਦਾ ਭਾਈ ਜੋ ਉਹਦੇ ਕੋਲ ਸੀ ਉਹੀ ਦੇਣਾ ਸੀ, ਉਹਨੇ ਤੁਹਾਨੂੰ ਗਾਲਾਂ ਦਿੱਤੀਆਂ, ਕਹਿੰਦਾ ਜੋ ਸੀ ਉਹਦੇ ਕੋਲ ਉਹ ਹੀ ਦਿੱਤਾ। ਬਾਬਾ ਜੀ ਉਹਨੇ ਅਸੀਸਾਂ ਦਿੱਤੀਆਂ, ਕਹਿੰਦਾ ਜੋ ਉਹਦੇ ਕੋਲ ਸੀ ਉਹਨੇ ਉਹ ਦਿੱਤਾ।
ਹੁਣ ਤੁਸੀਂ ਵੇਖਣਾ ਵੀ ਅਸੀਂ ਦੋਸਤੀ ਕਿਹਦੇ ਨਾਲ ਕਰਨੀ। ਅੱਜ ਬਾਬਾ ਕਬੀਰ ਕਹਿ ਰਿਹਾ ਜੇ ਹੁਣ ਹਾਰਸੋ ਹੋਏ ਹੈ ਸਖਤ ਸੰਗ ਨਾ ਜਾਓ। ਆਖੋ ਵਾਹਿਗੁਰੂ। ਅੱਗੇ ਜਾ ਕੇ ਬਾਲਕ ਨੇ ਫਿਰ ਸਖਤ ਦੀ ਗੱਲ ਕੀਤੀ, ਕਬੀਰ ਸੰਗਤ ਸਾਧਕੀ। ਬੋਲੋ ਤੁਹਾਡੀ ਜ਼ਿੰਦਗੀ ਚ ਕੀ ਕਰਦੀ? ਦਿਨ ਦਿਨ ਦੂਰਾ ਹੇਤ, ਦਿਨ ਦਿਨ ਦੂਣਾ ਹੇਤ, ਦਿਨ ਦਿਨ ਰੱਬ ਨਾਲ ਰੁੱਤਿਆ ਹੋਇਆ, ਜੁੜਿਆ ਹੋਇਆ ਤੁਹਾਨੂੰ ਮਿਲ ਜਾਏ। ਜਿੰਨਾ ਅੱਜ ਰੱਬ ਨਾਲ ਪਿਆਰ ਹੈ ਨਾ, ਤੁਹਾਡਾ ਕੱਲ ਦੂਣਾ ਕਰ ਦੂ। 24 ਘੰਟੇ ਰੱਬ ਦੀਆਂ ਗੱਲਾਂ, 24 ਘੰਟੇ ਬਾਣੀ ਦੀਆਂ ਗੱਲਾਂ, 24 ਘੰਟੇ ਰੱਬ ਦੇ ਬੋਲ ਜਦੋਂ ਸੁਣਾਊਗਾ। ਜੇ ਅੱਜ 2 ਪੈਸੇ ਸ਼ਰਧਾ ਵਾ, ਕੱਲ 4 ਪੈਸੇ ਹੋ ਜੂ। ਦੂਣਾ ਲਿਖਿਆ, ਦਿਨ ਦਿਨ ਦੂਣਾ ਹੇਤ, ਕਬੀਰ ਸੰਗਤ ਸਾਧਕੀ, ਦਿਨ ਦਿਨ ਦੂਣਾ। ਗੱਜ ਕੇ ਬੋਲੋ, ਦਿਨ ਦਿਨ ਦੂਣਾ ਹੇਤ ਮਿਣੇ। ਪਿਆਰ ਪਿਆਰ ਵਧਾ ਦੂਗਾ ਤੁਹਾਡਾ ਰੱਬ ਨਾਲ। ਆਖੋ ਵਾਹਿਗੁਰੂ। ਅੱਗੇ ਜਾ ਕੇ ਕਹਿੰਦੇ ਨੇ ਸਾਕਤ ਕਾਰੀ ਕਾਂਬਰੀ, ਸਾਕਤ ਕਾਲੀ ਕੰਬਲੀ ਸਾਕਤ ਦੀ, ਕਾਲੀ ਮੱਤ ਸਾਕਤ ਦੀ। ਜਿੰਨੇ ਮਰਜ਼ੀ ਤੀਰਥਾਂ ਤੇ ਨਾਵੇ, ਜਿੰਨਾ ਮਰਜ਼ੀ ਜੋ ਮਰਜ਼ੀ ਕਰੇ, ਇਸ਼ਨਾਨ ਕਰੇ, ਤੁਹਾਡੇ ਨਾਲੋਂ ਜ਼ਿਆਦਾ ਸਾਫ਼ ਰਵੇ, ਮਗਰ ਲਿਖਿਆ ਧੋਏ ਹੋਏ ਨਾ ਸੇਤ। ਉਹ ਕਾਲੀ ਕੰਬਲੀ ਨੇ ਕਦੀ ਚਿੱਟੀ ਨਹੀਂ ਹੋਣਾ, ਸਾਕਤ ਦੀ ਕਾਲੀ ਮੱਤ ਨੇ ਕਦੀ ਪਵਿੱਤਰ ਨਹੀਂ ਹੋਣਾ, ਜੋ ਮਰਜ਼ੀ ਕਰੇ। ਤੇ ਤੁਸੀਂ ਰਿਹੋ ਸਾਧੂ ਦੀ ਸੰਗਤ ਵਿੱਚ, ਜਿਹਦੀ ਉਜਲੀ ਮੱਤ ਵਿੱਚੋਂ ਤੁਹਾਨੂੰ ਵਾਹਿਗੁਰੂ ਦੇ ਨਾਮ ਦੀ ਧੁਨੀ ਆਵੇ, ਜਿਹਦੀ ਉਜਲੀ ਮੱਤ ਵਿੱਚੋਂ ਰੱਬ ਦੀ ਖੁਸ਼ਬੋ ਆਵੇ। ਅਗਲੇ ਬਚਨ ਵਿੱਚ ਬਾਬਾ ਜੀ ਨੇ ਬੜੇ ਇੱਕ ਸਾਧੂ ਦੇ ਉੱਤੇ ਕਟਾਕਸ਼ ਕੀਤਾ, ਜਿਹੜੇ ਅਖੌਤੀ ਸਾਧੂ। ਆਖੋ ਵਾਹਿਗੁਰੂ। ਤੁਸੀਂ ਵੇਖਿਆ ਕਈ ਸੰਤਾਂ ਨੇ, ਸੰਤ ਕਿਉਂ ਆਖਾਂ, ਪਰ ਇੱਥੇ ਜਿਹੜਾ ਅਰਥ ਆ ਉਹ ਇਹ ਬਣਦਾ ਵੀ ਕਈ ਇਸ ਤਰ੍ਹਾਂ ਦੇ ਨਾਮ ਜਪਣ ਦੇ ਨਾਂ ਦੇ ਉੱਤੇ ਮਰੋੜ ਕੇ ਸਿਰ ਮਨਾ ਦਿੰਦੇ। ਵੇਖੇ ਨੀ ਤੁਸੀਂ ਹਰਿਦੁਆਰ ਤੁਰੇ ਫਿਰਦੇ, ਗੰਜ ਮੰਜੇ ਹੋਏ, ਮੰਦਰਾਂ ਅੱਗੇ ਬੈਠੇ, ਜੰਗਲਾਂ ਚ ਬੈਠੇ, ਜਿਨ੍ਹਾਂ ਨੇ ਬਿਲਕੁਲ ਘੋਟ ਕੇ ਸਿਰ ਮਨਾਇਆ। ਵੇਖੇ, ਚੇਤਾ ਕਰੋ, ਵੇਖੇ ਬਾਬੇ ਕਬੀਰ ਨੇ ਅੱਜ ਉਹਨੂੰ ਮਾਰਿਆ ਤੀਰ ਖਿੱਚ ਕੇ। ਕਬੀਰ, ਇਹ ਕੇਸ ਕੱਟਣ ਨਾਲ ਕੀ ਹੋਇਆ? ਪੁਆੜੇ ਤੇ ਸਾਰੇ ਮੰਨਦੇ ਸੀ, ਕੇਸਾਂ ਤੇ ਕੋਈ ਪੁਆੜਾ ਨਹੀਂ ਪਾਇਆ। ਆਖੋ ਵਾਹਿਗੁਰੂ। ਕੇਸਾਂ ਨੇ ਤੇ ਸਗੋਂ ਸ਼ਾਂਤੀ ਦਿੱਤੀ। ਜਿਸ ਬੰਦੇ ਦੇ ਪੈਰਾਂ ਦੇ ਨਵਾਂ ਤੋਂ ਲੈ ਕੇ ਸਿਰ ਦੇ ਕੇਸ ਸੰਪੂਰਨ ਹੋਣਗੇ, ਉਸ ਬੰਦੇ ਦੇ ਅੰਦਰ ਕਦੀ ਵਿਕਾਰਾਂ ਦੀ ਅੱਗ ਨਹੀਂ ਭੜਕਦੀ, ਘੱਟ ਭੜਕਦੀ। ਤੁਸੀਂ ਕਦੀ ਜੰਗ ਪੈਲੀ ਦੇ ਕੋਲੋਂ ਦੀ ਜਾਓ, ਜਿੱਥੇ ਬੜੇ ਸਫੈਦੇ ਲਾਏ ਹੁੰਦੇ, ਅੰਬਾਂ ਦਾ ਬਾਗ ਹੁੰਦਾ ਨਾ, ਕਿੰਨੀ ਤਪਸ਼ ਵਾਲਾ ਮੌਸਮ ਹੋਵੇ, ਉੱਥੋਂ ਦੀ ਲੰਘੋਗੇ ਤੁਹਾਡੀ ਗੱਡੀ ਨੂੰ ਠੰਡੀ ਹਵਾ ਵੱਜੂਗੀ। ਮਹਿਸੂਸ ਨਹੀਂ ਕੀਤਾ ਕਦੀ ਉੱਥੋਂ? ਤੇ ਜਿੱਥੇ ਰੱਕੜ ਹੀ ਰੱਕੜ ਹੋਊਗਾ, ਕੋਈ ਦਰਖਤ ਨਹੀਂ, ਉੱਥੋਂ ਧਰਤੀ ਦੀ ਤਪਸ਼ ਤੁਹਾਨੂੰ ਆਵੇਗੀ। ਇਸ ਤਰ੍ਹਾਂ ਹੀ ਜਿਹਦੇ ਸਰੀਰ ਦੇ ਉੱਤੇ, ਆਖੋ ਵਾਹਿਗੁਰੂ, ਪੂਰੇ ਕੇਸ ਆ, ਉਹਦੇ ਕੋਲੋਂ ਤੁਹਾਨੂੰ ਠੰਡੀ ਹਵਾ ਆਊਗੀ। ਮਹਾਂਪੁਰਸ਼ ਕਹਿੰਦੇ ਉਹਨਾਂ ਨੂੰ ਜਿਹਨਾਂ ਦੇ ਕੇਸ ਪੂਰੇ ਹੁੰਦੇ ਆ ਨਾ। ਆਖੋ ਵਾਹਿਗੁਰੂ। ਤੁਸੀਂ ਕਦੀ ਵੇਖਿਓ, ਬਹੁਤ ਘੱਟ ਲੋਕ ਲੱਭਣਗੇ ਜਿਹਨਾਂ ਨੇ ਗਲਤੀ ਕੀਤੀ, ਜਿਹਨਾਂ ਦੇ ਸੰਪੂਰਨ ਕੇਸ ਹੋਣਗੇ। ਬਹੁਤ ਘੱਟ ਹੁੰਦੇ, ਬਹੁਤ ਘੱਟ ਕੇਸਾਂ ਵਾਲਿਆਂ ਨੂੰ ਰੱਬ ਦੀ ਰਹਿਮਤ ਹੁੰਦੀ। ਅੱਜ ਵਾਲੇ ਬਚਨ ਵਿੱਚ ਬਾਬਾ ਕਬੀਰ ਕਹਿੰਦਾ, ਕਬੀਰ ਸਿਰ ਕਿਉਂ ਬਣਾਇਆ, ਮਨ ਮੁੰਡਿਆ ਨਹੀਂ? ਬੋਲੋ, ਮਨ ਨੂੰ ਮੁੰਨ ਦੋ ਨਾ, ਮਨ ਨੂੰ ਨੰਗਾ ਕਰ ਦੋ ਨਾ, ਕੇਸ ਮੁੰਡਾਏ ਕਾਏ? ਕਬੀਰ ਬੋਲੋ, ਮਨ ਮੁੰਡਿਆ ਨਹੀਂ? ਬੋਲੋ, ਜੇ ਮੁੰਨਣਾ ਹੀ ਕੁਝ ਤੇ ਮਨ ਨੂੰ ਮੁੰਨ ਦੋ, ਕੇਸ ਮੁੰਡਾਏ ਕਾਏ? ਜੋ ਕਿਛ ਕੀਆ ਸੋ ਮਨ ਕੀਆ। ਜਿਹੜੀਆਂ ਗਲਤੀਆਂ ਕੀਤੀਆਂ ਕਿਹਨੇ ਕੀਤੀਆਂ? ਮਨ ਨੇ ਕੀਤੀਆਂ। ਇਹ ਮੁੰਡਾ ਮੁੰਡ ਅਜਾਏ ਐਵੇਂ ਮੂੰਹ ਸਿਰ ਮੁੱਛਾਂ ਕਟਾ ਕੇ, ਦਾੜੀ ਕਟਾ ਕੇ, ਕੇਸ ਕਟਾ ਕੇ ਕਹਿੰਦਾ ਮੈਂ ਬੜਾ ਧਰਮੀ ਬਣ ਗਿਆ? ਧਰਮੀ ਉਦਣ ਬਣੇਗਾ ਜਿੱਦਣ ਮਨ ਦੇ ਟੋਟੇ ਕਰੇਗਾ। ਇੱਕ ਬਚਨ ਬਾਬੇ ਜੀ ਨੇ ਲਿਖਿਆ ਇਸੇ ਨਹੀਂ, ਆਖੋ ਵਾਹਿਗੁਰੂ। ਕਹਿੰਦੇ ਕੁੱਟਣ ਸੋਏ, ਬੋਲੋ ਬੋਲੋ ਨਾ। ਤੁਸੀਂ ਕਦੀ ਵੇਖਿਆ ਬੰਦਾ ਗੁੱਸੇ ਚ ਆਇਆ ਆਪਣੇ ਮੂੰਹ ਤੇ ਚਪੇੜਾ ਮਾਰਨ ਲੱਗ ਪੈਂਦਾ? ਇਸ ਤਰ੍ਹਾਂ ਵੇਖੇ ਲੋਕ ਤੁਸੀਂ ਕਈ ਇੰਨਾ ਅੱਕ ਜਾਂਦੇ ਨੇ, ਲੋਕੀ ਕੇਸ ਖੋਣ ਲੱਗ ਪੈਂਦੇ ਆਪਣੇ ਮੂੰਹ ਤੇ ਚਪੇੜਾ ਮਾਰ, ਮੈਂ ਮਾਰੀ ਜਾਣਾ, ਮੈਂ ਮਾਰੀ ਜਾਣਾ। ਬਾਬਾ ਕਹਿੰਦਾ ਇਹ ਚਪੀੜਾਂ ਜੇ ਮਾਰਨੀਆਂ ਤੇ ਮਨ ਨੂੰ ਮਾਰਨਾ, ਪੁਆੜਾ ਤੇ ਸਾਰਾ ਮਨ ਦਾ ਸੀ, ਇਹਨੇ ਤੇ ਕੋਈ ਪੁਆੜਾ ਨਹੀਂ ਪਾਇਆ।
कुटन सोए, बोलो जो मन को कुटे, जो आख्या जी एदे नाल की हुंदा, किन्दे मन कुटे तो जमते छुटे, बोलो जिन्होंने मन नू कुटिया ना, फिर कुट कुट मन कसवटी लाए, कुट कुट के मन नू कसवटी दे ला, बार बार वाहगुरु कहो ये मन नू कुटी पै रही, बार बार बंदगी करे रब दा नाम, एरन मत ते वेद हथियारे थोड़े ही बज रहे ने गुरु की मत दे, काबू आ जाना इन्हें, इन्हें सीधे राह पै रहना। बाबा कबीर कहिंदा कबीर मन मुंडिया नहीं, बोलो ये केस मुंडा ये काए, जो किश किया सो मन किया, मुंडा मुंड अजाए, एवे अजाई केस कटाते ही शरारता ता सारिया मन ने कितिया, ताई मेरा पंजवा कहिंदा जे मन बेचे जारिया शरारता करन वाले नू वेच दियो, एक घोड़ा है आखो वाहेगुरु की तानू उत्ते नहीं चढ़न देंदा, पट्ठे खाई जांदा, खाना खाई जांदा, दाना खाई जांदा, मगर जो तुसी लागे जांदे पछंडे मारदा है, की कर दे लोकी फिर वेच देंदे, आ भी तुहाडे काबू नहीं आउंदा, इहदा गाहक कौन है? सतगुरु। मन बेचे ते सेवके ते ओ बड़ा वड्डा शाह सवार आ, ओ तिन्ना घोड़िया ते सवारी इक्के वारी कर लैंदा है, शाह सवार किनू कहिंदे? आखो वाहिगुरु। एक इधरले लत, एक इधर लत, एक विचकार, तीन घोड़िया दियां लगामां फड़ के इक्के टाइम जिहड़ा सवारी कर ले उहनू कहिंदे शाह सवार। तीन होए ने किहड़े किहड़े? बोलो आखो वाहिगुरु। वेखो कई बार दसे तीन होए ने, तीन शाह सवार पंथ विच, गुरु हरगोबिंद साहब, बोलो हौली, इन्ने वड्डे योधे दा नां धन गुरु वड जोधा बहु, दूसरे गुरु गोबिंद सिंह साहब, तीन घोड़िया ते इक्के वार सवारी, तीसरा संसारक तौर ते भाई विधि चंद साहब, तीन घोड़िया ते इक्के वार सवारी, मगर इधर इशारा कोई हो रहा, तन ते मन ते धन ते इक्के वार असवारी कर लैंदा गुरु हरगोबिंद साहब, जिन्हां ने मन वेचता, जिन्हां ने तन मन धन हर आगे रखिया, कहो नानक महारस चाखिया, कहो नानक गुरु सवारी कर लैंदा तिन्हां ते, सवारी करके तेनू कहिंदा धन कितना खर्चना है दसदा है, मन किहड़े पासे लाउणा है दसदा है, तन किहड़े पासे लाउणा दसदा है, इह गुरु असवार आ। ते अगे जाके साहब जी कहिंदे कबीर राम ना छोड़िए, बोलो आ कह के हुण समाप्ति कर रही, उच्ची सारी बोलो कबीर तन धन जाए ता जाओ, जे शरीर भी ते पैसा भी जांदा है ना ते जान दे, मगर राम दा पल्ला ना छड्डो, वाहेगुरु जपो, आखो वाहेगुरु। तन धन जाए ता जाओ, चरण कमल मचित वेदिया रामे नाम समाओ, चरण कमल विच विन्ने रहो ते राम दे नाम विच टिके रहो, जे तन भी जावे धन भी जावे ते परवाह ना करो, जाओ जे शरीर भी ते पैसा भी जांदा है ना ते जान दे, मगर राम दा पल्ला ना छड्डो, वाहेगुरु जपो, आखो वाहेगुरु। तन धन जाए ता जाओ, चरण कमल मचित वेदिया रामे नाम समाओ, चरण कमल विच विन्ने रहो ते राम दे नाम विच टिके रहो, जे तन भी जावे धन भी जावे ते परवाह ना करो। एक श्लोक और सुन लो, आखो वाहेगुरु। ए बचनिया कबीर, जो हम जंत बजावते टूट गई सब तार, जंत बने साज, जंत बने, जो हम जंत बजावते टूट गई, जंत बेचारा क्या करे चले वजावन हार, जेड़ा असी साज बजाउंदे सा ना, आओ चाहिदा, आओ चाहिदा, आ चाहिदा, कबीर कहिंदा ऐसी रहमत होई तारा ही टुट गई, साधु कुछ नहीं मंगदा, रब दा प्यारा शांत होके बह जांदा, कोई अंदर फुरना उठदा ही नहीं, कोई लहर अंदर उठदी नहीं। बाबा कबीर कहिंदा जो हम जंत बजावते
ਟੁੱਟ ਗਈ, ਉਹ ਖਾਸ਼ਾਂ ਦੀਆਂ ਤਾਰਾਂ ਹੀ ਟੁੱਟ ਗਈਆਂ। ਅੱਗੇ ਜਾ ਕੇ ਕਹਿੰਦੇ ਹੁਣ ਜੰਤ ਕੀ ਕਰੇ, ਕਿਤਰਾ ਵੱਜੇ। ਵਜਾਉਂਦਾ ਤੇ ਮਾਨੀ ਸੀ ਨਾ, ਮੈਨੂੰ ਆਹ ਚਾਹੀਦਾ, ਮੈਨੂੰ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਮਾਨੀ ਵਿੱਚੋਂ ਚਲੇ ਗਿਆ, ਮਾਨੀ ਵੇਚਤਾ ਗੁਰੂ ਨੂੰ। ਹੁਣ ਕੋਈ ਤਾਰ ਨਹੀਂ ਉੱਡਦੀ, ਹੁਣ ਕੋਈ ਤਰੰਗ ਨਹੀਂ ਉੱਡਦੀ, ਕੋਈ ਮੰਗ ਨਹੀਂ ਉੱਡਦੀ, ਬਸ ਕੇਵਲ ਸ਼ਾਂਤ ਹੋ ਕੇ ਬਹਿ ਗਿਆ ਤੇ ਜਪੀ ਜਾਂਦਾ ਵਾਹਿਗੁਰੂ 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 ਗੁਰੂ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਰਹਿਮਤ ਘਰੇ ਦੀ। ਇਹ ਕਹੇ ਹੋਏ ਬਚਨ ਤੁਸੀਂ ਸਮਝੋ ਤੇ ਸਮਝ ਕੇ ਭੁੱਲੇ ਮਨ ਨੂੰ ਸਮਝਾਓ। ਜਿਹੜੇ ਜਿਹੜੇ ਬਚਨ ਨੇ, ਕਸਰ ਕੋਈ ਕਬੀਰ ਨੇ ਨਹੀਂ ਛੱਡੀ, ਕਸਰ ਮੇਰੇ ਕਹਿਣ ਚ ਆ, ਮੇਰੀ ਕਮਾਈ ਘੱਟ ਆ। ਜੇ ਕਿਤੇ ਮੇਰੀ ਕਮਾਈ ਪੂਰੀ ਹੋਵੇ ਤੇ ਜਿਸ ਤਰ੍ਹਾਂ ਪਹਿਲੇ ਦਿਨਾਂ ਚ ਬਚਨ ਕਹਿ ਵੀ ਤੁਸੀਂ ਸੁਣਦੇ ਹੀ ਮੁਕਤ ਹੁੰਦੇ ਜਾਓ, ਇਹ ਕਲਾ ਵਰਤ ਸਕਦੀ। ਜੇ ਤੁਸੀਂ ਹੁਣ ਤਰਲਾ ਪਾ ਕੇ ਗੁਰੂ ਦੇ ਬਚਨ ਸੁਣੋ, ਮੇਰੇ ਲਈ ਅਰਦਾਸ ਕਰੋ ਗਰੀਬ ਨਵਾਜ, ਇਹ ਜਿਹੜਾ ਸਟੇਜ ਤੇ ਬਹਿ ਕੇ ਸਾਨੂੰ ਉਪਦੇਸ਼ ਦੇ ਰਿਹਾ, ਇਹਨੂੰ ਉੱਚਾ ਸੁੱਚਾ ਜੀਵਨ ਬਖਸ਼ੋ ਤਾਂ ਕਿ ਪੰਥ ਦੀ ਸੇਵਾ ਹੋ ਸਕੇ। ਤੁਸੀਂ ਧਿਆਨ ਨਾਲ ਸੁਣੋਗੇ, ਸੱਚ ਜਾਣਿਓ ਮਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ ਗਈ ਕਿਤੇ, ਧਿਆਨ ਨਾਲ ਸੁਣ ਲਈ ਕਿਤੇ, ਅੰਦਰ ਵਸਾ ਲਈ, ਸੱਚ ਕਰੋੜਾਂ ਜਨਮ ਬੰਦਗੀ ਕਰਨ ਨਾਲ ਜਿਹੜਾ ਮਸਲਾ ਨਹੀਂ ਨਾ ਹੱਲ ਹੁੰਦਾ, ਇੱਕ ਮਿੰਟ ਵਿੱਚ ਹੋ ਸਕਦਾ ਹੈ ਜੇ ਗੁਰੂ ਦੀ ਗੱਲ ਅੰਦਰ ਚੱਲ ਜੇ ਤੇ।